ਪੇ ਸਬਰੀ ਦੇ ਨਾਲ ਇੰਤਜ਼ਾਰ ਸੀ ਉਹ ਭਲਾ ਚੁੱਕਿਆ। 2 ਵਜੇ ਦਾ ਟਾਈਮ ਦਿੱਤਾ ਗਿਆ ਸੀ ਜਲੰਧਰ ਵੈਸਟ ਬਾਬੂ ਜਗਜੀਵਨ ਲਾਲ ਚੌਕ ਸਟੇਜ ਸੱਜ ਚੁੱਕਿਆ ਹੈ। 2 ਕੁਰਸੀਆਂ ਲਗਾ ਦਿੱਤੀਆਂ ਗਈਆਂ ਨੇ, ਇੱਕ ਲਾਲ ਰੰਗ ਦੀ ਕੁਰਸੀ, ਇੱਕ ਉਸ ਤੋਂ ਛੋਟੀ ਥੋੜੀ ਪ੍ਰਿੰਟਡ ਕੁਰਸੀ। ਲਾਲ ਰੰਗ ਦੀ ਕੁਰਸੀ ਸੀਐਮ ਮਾਨ ਦੀ ਹੈ, ਛੋਟੀ ਕੁਰਸੀ ਸ਼ੀਤਲ ਅੰਗਰਾਲ ਦੇ ਲਈ ਲਗਾਈ ਗਈ ਹੈ। ਇੰਤਜ਼ਾਰ ਹੈ ਦੋਹਾਂ ਦਾ, ਬੇਸਬਰੀ ਦੇ ਨਾਲ ਇੰਤਜ਼ਾਰ ਹੋ ਰਿਹਾ ਹੈ, ਬੇਸਬਰੀ ਦੇ ਨਾਲ ਇੰਤਜ਼ਾਰ ਹੈ ਕਿ ਸ਼ੀਤਲ ਅੰਗਰਾਲ ਕਦੋਂ ਪਹੁੰਚਣਗੇ, ਕਿਹੜੇ ਸਬੂਤ ਨੇ ਉਹਨਾਂ ਦੇ ਕੋਲ ਜਿਨ੍ਹਾਂ ਸਬੂਤਾਂ ਦਾ ਦਾਅਵਾ ਕਰ ਰਹੇ ਨੇ। ਦੋਹਾਂ ਦੇ ਪਹੁੰਚਣ ਦਾ ਇੰਤਜ਼ਾਰ ਹੈ, ਸੀਐਮ ਮਾਨ ਕਦੋਂ ਪਹੁੰਚਣਗੇ, ਇੰਤਜ਼ਾਰ ਹੈ ਸੀਐਮ ਮਾਨ ਦੇ ਉਹਦੇ ਪਹੁੰਚਣ ਦਾ ਵੀ ਕਿ ਸ਼ੀਤਲ ਅੰਗਰਾਲ ਦੇ ਵੱਲੋਂ ਜੋ ਸਬੂਤ ਪੇਸ਼ ਕੀਤੇ ਜਾਣਗੇ, ਜੋ ਆਡੀਓ ਕਲਿੱਪ ਸੀ ਉਹ ਗੱਲ ਕਰ ਰਹੇ ਨੇ, ਆਡੀਓ ਕਲਿੱਪਸ ਜਦੋਂ ਸਾਹਮਣੇ ਪੇਸ਼ ਕੀਤੇ ਜਾਣਗੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਕੀ ਜਵਾਬ ਹੈ। ਇਹ ਉਹ ਜਵਾਬ ਜੋ ਨੇ ਜੋ ਸੀਐਮ ਮਾਨ ਦੇ ਵੱਲੋਂ ਵੀ ਜੋ ਦਿੱਤੇ ਜਾਣਗੇ ਕਿੰਨੇ ਸੰਤੁਸ਼ਟੀਜਨਕ ਰਹਿ ਸਕਦੇ ਨੇ, ਕਿਉਂਕਿ ਸਪਸ਼ਟੀਕਰਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਲਜ਼ਾਮਾਂ ਤੇ ਕਰਨਾ ਹੋਏਗਾ ਕਿ ਕੀ ਜਵਾਬ ਹੈ ਉਹਨਾਂ ਦੇ ਕੋਲ ਇੰਨੇ ਵੱਡੇ ਇਲਜ਼ਾਮ ਜੋ ਲੱਗ ਰਹੇ ਨੇ ਪਰਿਵਾਰ ਦੇ ਉੱਤੇ। ਪੰਜਾਬ ਦੇ ਲੋਕ ਖਾਸ ਤੌਰ ਤੇ ਜਲੰਧਰ ਦੇ ਵਸਨੀਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ। ਬਿਨਾਂ ਕਿਸੇ ਦੇਰੀ ਤੋਂ ਅਸੀਂ ਸਿੱਧਾ ਰੁਕ ਕਰਾਂਗੇ। ਰੋਹਿਤ ਸਾਡੇ ਨਾਲ, ਸਾਡੇ ਸਹਿਯੋਗੀ ਗਰਾਊਂਡ ਜ਼ੀਰੋ ਤੋਂ ਡਟੇ ਹੋਏ ਨੇ। ਰੋਹਿਤ, ਕੀ ਜਾਣਕਾਰੀ, ਹਲਚਲ ਕਿਸ ਤਰ੍ਹਾਂ ਦੀ? ਬਿਲਕੁਲ, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ, ਬਿਲਕੁਲ ਗਗਨ, ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਇੱਕ ਬੈਕ ਸਾਈਡ ਪੋਸਟਰ ਲਗਾ ਦਿੱਤਾ ਗਿਆ ਜਿਸ ਦੇ ਉੱਪਰ ਲਿਖਿਆ ਗਿਆ, ਆਜ ਹੋਗੀ ਬੁਰਾਈ ਪਰ ਇਸ਼ਾਈ ਕੀ ਜਿੱਤ। ਤਾਂ ਬੁਰਾਈ ਤੇ ਇਸ਼ਾਈ ਦੀ ਜਿੱਤ ਦਾ ਜਿਹੜਾ ਕਿਹਾ ਗਿਆ ਹੈਗਾ, ਇਸ ਤਸਵੀਰ ਨੂੰ ਤੁਸੀਂ ਦੇਖ ਸਕਦੇ ਹੋਗੇ। ਔਰ ਕੁਰਸੀਆਂ ਜਿਹੜੀਆਂ ਉਹ ਸੱਜ ਚੁੱਕੀਆਂ ਨੇ, ਕੁਝ ਹੀ ਸਮੇਂ ਦੇ ਵਿੱਚ ਜਿਹੜੇ ਸ਼ੀਤਲ ਉਂਗਰਾਲ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚਣਗੇ, ਉਹਨਾਂ ਦੇ ਵੱਲੋਂ ਜਿਹੜੀਆਂ ਆਡੀਓ ਨੇ ਉਹ ਜਨਤਕ ਕੀਤੀਆਂ ਜਾਣਗੀਆਂ। 2 ਵਜੇ ਦਾ ਸਮਾਂ ਜਿਹੜਾ ਤੈਅ ਕਰ ਦਿੱਤਾ ਗਿਆ ਸੀਗਾ, 2 ਵੱਜ ਚੁੱਕੇ ਨੇ, ਹੁਣ ਕਿਸੇ ਵੀ ਵਕਤ ਜਿਹੜੇ ਸ਼ੀਤਲ ਉਂਗਰਾਲ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚ ਸਕਦੇ ਨੇ। ਤਾਂ ਸੜਕ ਦੇ ਕਿਨਾਰੇ ਜਿਹੜਾ ਇੱਕ ਟੈਂਟ ਹੈ, ਸੜਕ ਦੇ ਕਿਨਾਰੇ ਇੱਕ ਖੁੱਲ੍ਹਾ ਮੰਚ ਹੈ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਸ ਜਗ੍ਹਾ ਦੇ ਉੱਪਰ ਲਗਾ ਦਿੱਤਾ ਗਿਆ। ਔਰ ਇੰਤਜ਼ਾਰ ਕਿ ਜਦੋਂ ਸ਼ੀਤਲ ਉਂਗਰਾਲ ਇੱਥੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਕੀ ਜਿਹੜੀ ਗੱਲਬਾਤ ਹੈਗੀ ਉਹ ਰੱਖੀ ਜਾਂਦੀ ਆ। ਹਾਲਾਂਕਿ ਸ਼ੀਤਲ ਉਂਗਰਾਲ ਦੇ ਜਿਹੜੇ ਭਰਾ ਨੇਗੇ ਉਹ ਇਸ ਜਗ੍ਹਾ ਦੇ ਉੱਪਰ ਜ਼ਰੂਰ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ, ਉਹ ਇਸ ਜਗ੍ਹਾ ਦੇ ਉੱਪਰ ਪਹੁੰਚ ਚੁੱਕੇ ਨੇਗੇ। ਅਤੇ ਕੁਝ ਹੀ ਸਮੇਂ ਦੇ ਵਿੱਚ ਜਿਹੜੀ ਪਿੱਛੇ ਤੁਸੀਂ ਫਲੈਕਸ ਬੋਰਡ ਹੈ ਜਿਹੜੀ ਉਹ ਤੁਹਾਨੂੰ ਨਜ਼ਰ ਆ ਰਹੀ ਹੋਏਗੀ, ਆਜ ਹੋਗੀ ਬੁਰਾਈ ਪਰ ਅਛਾਈ ਕੀ ਜਿੱਤ। ਤਾਂ ਜਿਸ ਤਰੀਕੇ ਦਾ ਫਾਰਮੈਟ ਤੁਹਾਨੂੰ ਲੁਧਿਆਣਾ ਦੇ ਅੰਦਰ ਨਜ਼ਰ ਆਇਆ, ਜਿਸ ਤਰੀਕੇ ਦਾ ਫਾਰਮੈਟ ਤੁਹਾਨੂੰ ਖੁੱਲ੍ਹੀ ਡਿਬੇਟ ਦਾ ਲੁਧਿਆਣਾ ਦੇ ਵਿੱਚ ਕਿਹਾ ਗਿਆ ਕਿ ਅਲੱਗ ਅਲੱਗ ਪਾਰਟੀਆਂ ਦੀਆਂ ਕੁਰਸੀਆਂ ਲਗਾ ਦਿੱਤੀਆਂ ਜਾਣ, ਬੀਜੇਪੀ ਦੀ, ਅਕਾਲੀ ਦਲ ਦੀ, ਕਾਂਗਰਸ ਦੀ ਔਰ ਜਿਹੜੀ ਬਾਕੀ ਪਾਰਟੀਆਂ ਦੀ, ਔਰ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੇਅਰ ਪਰ। ਅਜਿਹਾ ਹੀ ਕੁਝ ਤਸਵੀਰ ਹੈ ਜਿਹੜੀ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਨਜ਼ਰ ਆ ਰਹੀ ਹੈਗੀ, ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਕਹਿ ਲਈਏ ਕਿ ਕੁਰਸੀ ਹੈ ਉਹ ਲਗਾ ਦਿੱਤੀ ਗਈ ਹੈ, ਔਰ ਨਾਲ ਜਿਹੜੀ ਦੂਸਰੀ ਕੁਰਸੀ ਹੈ ਉਹ ਲਗਾ ਦਿੱਤੀ ਗਈ ਹੈ ਸ਼ੀਤਲ ਉਂਗਰਾਲ ਦੀ ਕੁਰਸੀ। ਤਾਂ ਦੋਨੋਂ ਕੁਰਸੀਆਂ ਦੇ ਵਿਚਕਾਰ ਦੇਖਣਾ ਹੋਏਗਾ ਕਿ ਅੱਜ ਕੀ ਗੱਲਬਾਤ ਹੁੰਦੀ ਹੈ, ਕੀ ਪੰਜਾਬ ਦੇ ਮੁੱਖ ਮੰਤਰੀ, ਹਾਲਾਂਕਿ ਇਸ ਜਗ੍ਹਾ ਦੇ ਉੱਪਰ ਨਹੀਂ ਪਹੁੰਚਣਗੇ ਇਹ ਲਗਭਗ ਕਲੀਅਰ ਹੋ ਚੁੱਕਾ ਹੈਗਾ, ਪਰ ਸ਼ੀਤਲ ਉਂਗਰਾਲ ਕਿੰਨੀ ਦੇਰ 'ਚ ਪਹੁੰਚਦੇ ਨੇ, ਜਿਹੜੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਜਾਣੇ ਨੇਗੇ, ਜਿਹੜੀ ਗੱਲਾਂ ਉਹ ਕਰ ਰਹੇ ਸੀਗੇ ਉਹਨਾਂ 'ਤੇ ਕਿੰਨਾ ਕੁ ਖਰਾ ਉਤਰਦੇ ਨੇ, ਇਹ ਵੀ ਕੁਝ ਫਿਰ ਤੋਂ ਰਿਪੀਟ ਕਰੋ। ਮੁੱਖ ਮੰਤਰੀ ਭਗਵੰਤ ਮਾਨ ਨਹੀਂ ਪਹੁੰਚ ਸਕਦੇ, ਕਿਸ ਤਰ੍ਹਾਂ ਦੀ ਜਾਣਕਾਰੀ ਹੈ, ਕਿਵੇਂ ਜਾਣਕਾਰੀ ਹਾਸਲ ਹੋਈ ਹੈ? ਦੇਖੋ ਗਗਨ, ਆਮ ਤੌਰ 'ਤੇ ਹੁਣ ਤੱਕ ਮੁੱਖ ਮੰਤਰੀ ਪੰਜਾਬ ਦੇ ਬਹੁਤ ਸਾਰੇ ਪ੍ਰੋਗਰਾਮ ਅਸੀਂ ਦੇਖ ਚੁੱਕੇ ਹਾਂਗੇ, ਜਦੋਂ ਵੀ ਕੋਈ ਪ੍ਰੋਗਰਾਮ ਹੋਣਾ ਹੁੰਦਾ ਜਿਸ ਜਗ੍ਹਾ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਨੇ
ਪਹੁੰਚਣਾ ਹੋਵੇ ਤਾਂ ਉਸ ਜਗ੍ਹਾ ਤੇ ਪਹਿਲਾਂ ਸੀਐਮ ਦੀ ਐਡਵਾਂਸ ਟੀਮ ਲਗਭਗ 3 ਘੰਟੇ ਪਹਿਲਾਂ ਪਹੁੰਚਦੀ ਹੈਗੀ ਔਰ ਇਸ ਜਗ੍ਹਾ ਦੇ ਉੱਪਰ ਹਾਲੇ ਤੱਕ ਕੋਈ ਵੀ ਐਡਵਾਂਸ ਟੀਮ ਦਾ ਜਿਹੜਾ ਮੈਂਬਰ ਹੈ ਉਹ ਨਹੀਂ ਪਹੁੰਚਿਆ ਹੈਗਾ ਤਾਂ ਇਸ ਚੀਜ਼ ਤੋਂ ਸਹਿ ਸੁਭਾ ਕੇ ਇਹ ਅੰਦਾਜ਼ਾ ਜਿਹੜਾ ਅਸੀਂ ਲਗਾ ਸਕਦੇ ਹਾਂ ਕਿ ਮੁੱਖ ਮੰਤਰੀ ਇਸ ਜਗ੍ਹਾ ਤੇ ਨਹੀਂ ਪਹੁੰਚਣਗੇ ਕਿਉਂਕਿ ਮੁੱਖ ਮੰਤਰੀ ਦਾ ਚਾਹੇ ਕੋਈ ਨਿੱਜੀ ਪ੍ਰੋਗਰਾਮ ਹੋਵੇ ਚਾਹੇ ਮੁੱਖ ਮੰਤਰੀ ਦਾ ਕੋਈ ਅਲੱਗ ਕੋਈ ਹੋਰ ਪ੍ਰੋਗਰਾਮ ਹੋਵੇ ਹਰ ਜਗ੍ਹਾ ਦੇ ਉੱਪਰ ਇੱਕ ਐਡਵਾਂਸ ਟੀਮ ਹੈ ਜਿਹੜੀ ਸੀਐਮ ਸੁਰੱਖਿਆ ਦੇ ਅੰਦਰ ਕੰਮ ਕਰਦੀ ਹੈਗੀ ਜਿਸ ਨੇ 3 ਘੰਟੇ ਪਹਿਲਾਂ ਇਸ ਜਗ੍ਹਾ ਦੇ ਉੱਪਰ ਪਹੁੰਚਣਾ ਹੁੰਦਾ ਹੈਗਾ ਪੂਰੀ ਦੀ ਪੂਰੀ ਜਗ੍ਹਾ ਨੂੰ ਜਿਹੜਾ ਸੈਨੇਟਾਈਜ਼ ਕਰਨਾ ਹੁੰਦਾ ਹੈਗਾ ਤਾਂ ਕਿ ਕੋਈ ਵੀ ਸੁਰੱਖਿਆ ਦੇ ਨਜ਼ਰੀਏ ਤੋਂ ਜਿਹੜੀ ਚੂਕ ਹੈਗੀ ਉਹ ਨਾ ਰਹਿ ਜਾਵੇ ਤਾਂ ਕੋਈ ਜਿਹੜੀ ਚੂਕ ਹੈ ਉਹ ਸੁਰੱਖਿਆ ਦੇ ਵਿੱਚ ਨਾ ਰਹਿ ਜਾਵੇ ਕੋਈ ਸ਼ਰਾਰਤੀ ਅਨਸਰ ਨਾ ਹੋਵੇ ਪੂਰੇ ਦੇ ਪੂਰੇ ਏਰੀਏ ਨੂੰ ਜਿਹੜਾ ਸੈਨੇਟਾਈਜ਼ ਹੈਗਾ ਉਹ ਅਕਸਰ ਕੀਤਾ ਜਾਂਦਾ ਹੈਗਾ ਔਰ ਇਸ ਜਗ੍ਹਾ ਦੇ ਉੱਪਰ ਕੋਈ ਵੀ ਟੀਮ ਹੈ ਜਿਹੜੀ ਤੁਸੀਂ ਨਹੀਂ ਦੇਖ ਰਹੇ ਹੋ ਕੋਈ ਵੀ ਸੁਰੱਖਿਆ ਕਰਮਚਾਰੀ ਨਹੀਂ ਦੇਖ ਰਹੇ ਹੋ ਤਾਂ ਇਸ ਚੀਜ਼ ਤੋਂ ਸਾਫ਼ ਤੌਰ ਤੇ ਇਹ ਗੱਲ ਅਸੀਂ ਕਹਿ ਸਕਦੇ ਕਿ ਮੁੱਖ ਮੰਤਰੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਪਹੁੰਚਣਗੇ ਇਹ ਸ਼ੀਤਲ ਅੰਗਰਾਲ ਨੂੰ ਲੈ ਕੇ ਕੀ ਜਾਣਕਾਰੀ 2:05 ਹੋ ਗਏ ਜੋ ਦੱਸਿਆ ਜਾ ਰਿਹਾ ਕੁਝ ਦੇਰ ਦੇ ਵਿੱਚ ਜਿਹੜੇ ਸ਼ੀਤਲ ਅੰਗਰਾਲ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚਣੇ ਨੇ ਕਿਉਂਕਿ 2 ਵਜੇ ਦਾ ਸਮਾਂ ਜ਼ਰੂਰ ਦਿੱਤਾ ਗਿਆ ਸੀਗਾ ਔਰ ਇੰਤਜ਼ਾਰ ਹੈ ਜਿਹੜਾ ਉਹ ਕੁਝ ਸਮੇਂ ਦਾ ਕੀਤਾ ਜਾ ਰਿਹਾ ਹੈਗਾ ਸਾਹਮਣੇ ਤੁਸੀਂ ਦੇਖੋਗੇ ਤਾਂ ਸ਼ੀਤਲ ਅੰਗਰਾਲ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਇਸ ਪਾਸੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ ਜਿਹੜੇ ਉਹਨਾਂ ਦੇ ਭਰਾ ਨੇਗੇ ਉਹ ਇਸ ਵਕਤ ਤੁਹਾਨੂੰ ਨਜ਼ਰ ਆ ਰਹੇ ਨੇਗੇ ਔਰ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਸ ਡਿਬੇਟ ਨੂੰ ਸੁਣਨ ਦੇ ਲਈ ਪਹੁੰਚੇ ਨੇ ਉਹ ਇੱਥੋਂ ਦੀਆਂ ਗੱਲਾਂ ਸੁਣਨ ਦੇ ਲਈ ਪਹੁੰਚੇ ਨੇ ਕਿ ਕਿਹੜੀ ਉਹ ਚੀਜ਼ ਹੈ ਜਿਸ ਦਾ ਦਾਅਵਾ ਸ਼ੀਤਲ ਅੰਗਰਾਲ ਕਰਨਾ ਚਾਹੁੰਦੇ ਨੇ ਕਿਹੜੀਆਂ ਉਹ ਚੀਜ਼ਾਂ ਨੇ ਜਿਹੜਾ ਦੇ ਜ਼ਰੀਏ ਸ਼ੀਤਲ ਅੰਗਰਾਲ ਕਹਿਣਾ ਚਾਹੁੰਦੇ ਨੇ ਕਿ ਜਿਹੜਾ ਭ੍ਰਿਸ਼ਟਾਚਾਰ ਜਲੰਧਰ ਦੇ ਅੰਦਰ ਹੋ ਰਿਹਾ ਹੈਗਾ ਜਲੰਧਰ ਦੇ ਅੰਦਰ ਜਿਹੜੀਆਂ ਅਲੱਗ ਅਲੱਗ ਚੀਜ਼ਾਂ ਦਾ ਦਾਅਵਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਕੁਝ ਸਮੇਂ ਦਾ ਇੰਤਜ਼ਾਰ ਉਸ ਤੋਂ ਬਾਅਦ ਜਿਹੜਾ ਸ਼ੀਤਲ ਉਂਗਰਾਲ ਹੈਗੇ ਉਹ ਇਸ ਜਗ੍ਹਾ ਤੇ ਪਹੁੰਚਦੇ ਨੇ ਔਰ ਉਹਨਾਂ ਦੇ ਵੱਲੋਂ ਜਿਹੜੇ ਆਪਣੇ ਤੱਥ ਨੇਗੇ ਉਹ ਇਸ ਜਗ੍ਹਾ ਦੇ ਉੱਪਰ ਰੱਖੇ ਜਾਣਗੇ ਰੋਹਿਤ ਪਿੱਛੇ ਪਹੁੰਚ ਗਏ ਨੇ ਸ਼ੀਤਲ ਉਂਗਰਾਲ ਪਹੁੰਚ ਗਏ ਨੇ ਬਿਲਕੁਲ 2 ਤੋਂ 3 ਮਿੰਟ ਦਾ ਇੰਤਜ਼ਾਰ ਗਗਨ ਹੋਰ ਕਰਨਾ ਪਏਗਾ ਦੱਸਿਆ ਜਾ ਰਿਹਾ ਕਿ ਮਹਿਜ਼ 2 ਤੋਂ 3 ਮਿੰਟ ਬਾਅਦ ਸ਼ੀਤਲ ਉਂਗਰਾਲ ਨੇ ਜਿਹੜੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚ ਜਾਣਗੇ ਤਾਂ ਕੁਝ ਹੀ ਸਮੇਂ ਦਾ ਜਿਹੜਾ ਇੰਤਜ਼ਾਰ ਹੈ ਇੱਕ ਪਾਸੇ ਕੈਮਰਾ ਥੋੜ੍ਹਾ ਹਾਈਟ 'ਤੇ ਕਰਕੇ ਤਸਵੀਰਾਂ ਚਾਰੇ ਪਾਸੇ ਦੀ ਦਿਖਾਉਣ ਦੀ ਕੋਸ਼ਿਸ਼ ਕਰ ਲਓ ਕਿ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋਗੇ ਕਿ ਜਿਹੜੀ ਉਸ ਜਗ੍ਹਾ ਦੀ ਤਸਵੀਰ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨੇ ਪਹੁੰਚਣ ਦੇ ਲਈ ਕੁਰਸੀ ਲਗਾ ਦਿੱਤੀ ਗਈ ਹੈ ਨਾਲ ਦੀ ਨਾਲ ਜਿਹੜੀ ਦੂਸਰੀ ਕੁਰਸੀ ਸ਼ੀਤਲ ਅੰਗਰਾਲ ਤਾਂ ਕੁਝ ਹੀ ਸਮੇਂ ਦਾ ਜਿਹੜਾ ਇੰਤਜ਼ਾਰ ਹੈਗਾ ਉਹ ਕੀਤਾ ਜਾ ਰਿਹਾ ਔਰ ਬਿਲਕੁਲ ਲਾਈਵ ਤਸਵੀਰਾਂ ਜਿਹੜੀਆਂ ਜ਼ੀ ਮੀਡੀਆ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਕੁਝ ਹੀ ਸਮੇਂ ਦੇ ਵਿੱਚ ਸ਼ੀਤਲ ਅੰਗਰਾਲ ਜਿਹੜੇ ਇਸ ਜਗ੍ਹਾ ਦੇ ਉੱਪਰ ਪਹੁੰਚਣਗੇ ਨਾਮ ਬਹੁਤ ਵੱਡਾ ਦਿੱਤਾ ਗਿਆ ਕਿ ਆਜ ਹੋਗੀ ਬੁਰਾਈ ਪਰ ਅਛਾਈ ਕੀ ਜੀਤ ਵਿਨੀਤ ਜੋਸ਼ੀ ਜੀ ਮੇਰੇ ਨਾਲੇ ਵਨੀਤ ਜੀ ਬੁਰਾਈ ਪਰ ਅਛਾਈ ਕੀ ਜੀਤ ਦਾ ਦਾਅਵਾ ਕਰ ਦਿੱਤਾ ਹੈ ਆਮ ਤੌਰ ਤੇ ਦੁਸ਼ਹਿਰੇ ਵਾਲੇ ਦਿਨ ਇਹ ਕਹਾਵਤ ਸੁਣਨ ਨੂੰ ਮਿਲਦੀ ਸੀ ਦੇਖੋ ਇਹ ਆਮ ਆਦਮੀ ਪਾਰਟੀ ਦਾ ਰਾਜ ਹੈ ਜਿਹੜੀ ਕਰਪਸ਼ਨ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਆਈ ਉਹਦਾ ਮੁਖੀ ਅੱਜ ਜੇਲ੍ਹ ਤਿਹਾੜ 'ਚ ਬੈਠਾ ਹੈ ਕਰਪਸ਼ਨ ਦੇ ਇਲਜ਼ਾਮ 'ਚ ਬੈਠਾ ਹੈ ਕੋਰਟ ਜ਼ਮਾਨਤਾਂ ਨਹੀਂ ਦੇ ਰਹੀਆਂ ਇਸ ਤਰ੍ਹਾਂ ਹੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦਾ ਰਾਜ ਹੈ ਭਗਵੰਤ ਮਾਨ ਸਾਹਿਬ ਨੇ ਜਿਨ੍ਹਾਂ ਨੇ 13-0 ਦਾ ਕਿਹਾ ਸੀ ਅਤੇ 3-3 'ਤੇ ਆ ਕੇ ਸਿਮਟ ਕੇ ਰਹਿ ਗਏ ਸੋ ਇਹਨਾਂ ਦੇ ਰਾਜ 'ਚ ਬੁਰਾਈ ਦੇ ਉੱਪਰ ਅਛਾਈ ਦੀ ਜਿੱਤ ਰੋਜ਼ ਮਨਾਈ ਜਾਏਗੀ ਕਿਉਂਕਿ ਬੁਰਾਈ ਆਮ ਆਦਮੀ ਪਾਰਟੀ ਹੈ ਅਛਾਈ ਬਾਕੀ ਜਨਤਾ ਹੈ 2 ਵਜੇ ਦਾ ਟਾਈਮ ਸੀ 2-3-4 ਮਿੰਟ ਉੱਤੇ ਚਲੇ ਗਏ ਕੋਈ ਗੱਲ ਨਹੀਂ 2-5 2-10 2-15 2-2-25 ਆ ਜਾਵਾਂਗੇ ਕੋਸ਼ਿਸ਼ ਇੰਨੀ ਹੈ
ਕਿ ਮਾਨ ਸਾਹਿਬ ਵੀ ਆ ਜਾਣ, ਮੁੱਖ ਮੰਤਰੀ ਮਾਨ ਸਾਹਿਬ ਵੀ ਆ ਜਾਣ, ਕਿਉਂਕਿ ਇਹ ਨਾ ਕਹਿਣ ਕਿ ਸ਼ੀਤਲ ਉਂਗਰਾਲ ਇੱਕ ਪਾਸੜ ਆਪਣੀ ਗੱਲ ਰੱਖੇ ਚਲੇ ਗਏ। ਉਂਗਰਾਲ ਆ ਤਾਂ ਰਹੇ ਨੇ ਨਾ, ਉਂਗਰਾਲ ਤਾਂ ਪਹੁੰਚ ਰਹੇ ਨਾ, ਸ਼ੀਤਲ ਉਂਗਰਾਲ ਪਹੁੰਚ ਰਹੇ, ਅਸੀਂ ਅਨਾਊਂਸ ਕਰਤਾ ਹੈ। ਸਾਡੀ ਕੋਸ਼ਿਸ਼ ਹੈ ਮਾਨ ਸਾਹਿਬ ਵੀ ਆ ਜਾਣ, ਜੇ ਅੱਧਾ ਘੰਟਾ ਇੰਤਜ਼ਾਰ ਵੀ ਕਰਨਾ ਕੋਈ ਪ੍ਰੋਬਲਮ ਨਹੀਂ ਹੈ, ਪਰ ਮੁੱਖ ਮੰਤਰੀ ਸਾਹਿਬ ਆ ਜਾਣ, ਕਿਉਂਕਿ ਕੱਲ੍ਹ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਤੂੰ ਕਰਦੇ ਜਾਣ ਤੱਕ, ਹੁਣ ਕਰਦਾ ਜਾਣ ਤੱਕ। ਤੁਸੀਂ ਤਾਂ ਸੀਐਮ ਆਫਿਸ 'ਚ ਕੰਮ ਕੀਤਾ ਹੈਗਾ ਸੀਐਮ ਦੇ ਨਾਲ, ਆਮ ਤੌਰ 'ਤੇ ਜਦੋਂ ਮੁੱਖ ਮੰਤਰੀ ਨੇ ਆਉਣਾ ਹੁੰਦਾ 2 ਤੋਂ 3 ਘੰਟੇ ਪਹਿਲਾਂ। ਤੁਸੀਂ ਗੱਲਬਾਤ ਰੋਹਿਤ ਜੀ ਜਾਰੀ ਰੱਖਣਾ, ਫਿਲਹਾਲ ਤਸਵੀਰਾਂ ਜੋ ਹੈ ਅਸੀਂ ਲਗਾਤਾਰ ਦਿਖਾ ਰਹੇ ਹਾਂ, 2 ਕੁਰਸੀਆਂ ਸਟੇਜ ਦੇ ਉੱਤੇ ਲੱਗ ਚੁੱਕੀਆਂ ਨੇ। ਜਲੰਧਰ ਵੈਸਟ ਇਲਾਕਾ ਹੈ, ਬਾਬੂ ਜਗਜੀਵਨ ਲਾਲ ਚੌਕ ਹੈ, ਜਿੱਥੇ ਸਟੇਜ ਲਗਾਇਆ ਗਿਆ, 2 ਕੁਰਸੀਆਂ ਨੇ।